ਚੰਡੀਗੜ੍ਹ ਮਨੀ ਮਾਜਰਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜੋ ਕਿ ਦਿਲ ਦਹਿਲਾ ਦੇਣ ਵਾਲੀ ਹੈ। ਦਰਅਸਲ ਮਾਡਰਨ ਕੰਪਲੈਕਸ 'ਚ ਟ੍ਰਿਪਲ ਮਰਡਰ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮਰਨ ਵਾਲਿਆਂ 'ਚ ਸੰਜੇ ਨਾਂ ਦੇ ਵਿਅਕਤੀ ਦੀ ਪਤਨੀ ਤੇ ਦੋ ਬੱਚੇ ਸ਼ਾਮਿਲ ਹਨ। ਮੁਲਜ਼ਮ ਨੇ ਤਿੰਨਾਂ ਦਾ ਗਲਾ ਵੱਢ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ, ਜਿਸ ਕਾਰਨ ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ। ਉਧਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਬਹੁਤ ਸ਼ਾਰਪ ਵੈਪਨ ਸੇ ਐਸਾ ਲੱਗ ਰਹਾ ਹੈ ਕਿ ਗਲਾ ਰੇਤ ਕਰ ਮਾਰਾ ਗਿਆ ਹੈ ਯਹਾਂ ਪੇ, ਔਰ ਉਸਮੇ ਏਕ ਮਹਿਲਾ ਔਰ ਉਸਕੇ ਦੋਨੋਂ ਬੱਚੇ ਹੈ, ਏਕ ਬੇਟੀ ਹੈ ਏਕ ਬੇਟਾ ਹੈ। ਤੋ ਇਨਕੇ ਜੋ ਇਸ ਮਹਿਲਾ ਕੇ ਜੋ ਹਸਬੈਂਡ ਹੈ ਵੋ ਵੀ ਅਭੀ ਹੋਸਪਿਟਲ ਮੇਂ ਐਡਮਿਟ ਹੈ, ਵੋ ਵੀ ਬਹੁਤ ਬੁਰੀ ਤਰੀਕੇ ਸੇ ਜ਼ਖਮੀ ਹੋ ਰਖੇ ਹੈ। ਤੋ ਉਨਸੇ ਵੀ ਜੋ ਹੈ ਪੂਛਨਾ ਪੜੇਗਾ ਕਿ ਐਗਜੈਕਟਲੀ ਕਿਆ ਹੁਆ ਔਰ ਸੀਸੀਟੀਵੀ ਕੈਮਰਾਜ਼ ਵੀ ਯਹਾਂ ਪੇ ਲਗੇ ਹੁਏ ਹੈ, ਤੋ ਉਸਕੇ ਵੀ ਜੋ ਹੈ ਹਮ ਫੁਟੇਜ ਨਿਕਾਲੇਂਗੇ, ਤੋ ਇਹ ਮਾਮਲਾ ਸਾਰਾ ਕਲੀਅਰ ਹੋਗਾ। ਅਭੀ ਸੀ ਐਫ ਐਸ ਐਲ ਕੀ ਟੀਮ ਮੌਕੇ ਪੇ ਹੈ, ਤੋ ਵੋ ਵੀ ਜੋ ਹੈ ਮੌਕੇ ਸੇ ਅਹਿਮ ਸਬੂਤ ਇਕੱਠਾ ਕਰ ਰਹੇ ਹੈ। ਆਖਿਰ ਕਿਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਕਿਉਂ, ਇਹ ਪੁਲਿਸ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ। ਬਿਊਰੋ ਰਿਪੋਰਟ, ਸਾਂਝਾ ਟੀਵੀ।